मैं हाँ थोड़ी अपनी दोस्त ते होस्ट हरलीन कौर तुहाडा अपना प्रोग्राम विशकारा लैके तुहाडे सामने हाजिर हाँ। इस विच असी वख वख कलाकारां दीआं पेशकारियां दे नाल तुहानूं रूबरू करावांगे। इस प्रोग्राम दे विच असी गीत गज़ल गाने अते होर मनोरंजन दीआं पेशकारियां जिवें कि स्किट अते कवालियां नाल तुहानूं मनोरंजन तुहाडा मनोरंजन करांगे। आओ असी इस प्रोग्राम की शुरुआत करते हाँ ज्योति अते नूरा सुल्ताना की पेशकारी दे नाल। आओ असी पहला इन्हां दे परिवार बारे जानते हाँ। इन्हां दी मुढ़ली तालीम इन्हां दे अपने ही पिता साहिबान कोलों हुई है जिन्हां दा नाम गुलशन मीर है। इन्हां दे नाल नाल इन्हां दे छोटे बेटे साहिल मीर अते रितू मीर भी शामिल हैं। इन्हां ने पंजाब ही नहीं होर भी देशों विदेशों दीआं होर कंट्रियां दे विच भी बहुत नाम खटिया है।
ਦੋਸਤੋ ਤੁਹਾਨੂੰ ਹੁਣ ਇੱਕ ਅਲੱਗ ਮਾਹੌਲ 'ਚ ਲੈ ਚੱਲਦੇ ਹਾਂ। ਤੁਹਾਨੂੰ ਇੱਕ ਹਾਸਿਆਂ ਦੀ ਪਿਟਾਰੀ ਦਿਖਾਉਂਦੇ ਹਾਂ ਜੋ ਕਿ ਸਾਡੇ ਬਹੁਤ ਹੀ ਜਾਣੇ ਮਾਣੇ ਕਮੇਡੀਅਨ ਡਿਪਟੀ ਰਾਜਾ ਜੀ ਤੁਹਾਡੇ ਸਾਹਮਣੇ ਆਪਣੀ ਕਲਾਕਾਰੀ ਪੇਸ਼ ਕਰਨਗੇ। ਮੈਂ ਕਿਹਾ ਜੀ ਪੰਗਾ ਕਿਵੇਂ ਪੈਂਦਾ? ਪੰਗਾ ਐਵੇਂ ਪੈਂਦਾ ਵੀ ਨੂੰਹ ਸੱਸ ਲੜੀਆਂ ਹੋਣ, ਕੋਠੇ ਉੱਤੇ ਚੜੀਆਂ ਹੋਣ, ਇੱਕ ਦੂਜੇ ਦੀਆਂ ਗੁੱਤਾਂ ਫੜੀਆਂ ਹੋਣ, ਸਮਝੋ ਪੰਗਾ ਪੈ ਗਿਆ। ਮੈਂ ਕਿਹਾ ਜੀ ਗਾਉਣ ਵਾਲਾ ਗਾਉਂਦਾ ਹੋਵੇ, ਤਬਲੇ ਵਾਲਾ ਨਹਾਉਂਦਾ ਹੋਵੇ, ਲੋਕਣ ਗੁੱਸਾ ਆਉਂਦਾ ਹੋਵੇ ਤਾਂ ਵੀ ਪੰਗਾ ਪੈ ਗਿਆ। ਕੁੜੀ ਮੁਟਿਆਰ ਹੋਵੇ, ਸਿਨੇਮੇ ਲਈ ਤਿਆਰ ਹੋਵੇ, ਲਿਜਾਣ ਵਾਲਾ ਬਿਮਾਰ ਹੋਵੇ ਤੇ ਤਾਂ ਵੀ ਪੰਗਾ ਪੈ ਗਿਆ ਭਾਈ ਸਾਹਿਬ, ਤਾਂ ਵੀ ਪੰਗਾ ਪੈ ਗਿਆ। ਆਪਾਂ ਉਹ ਦੇਖੋ ਮੇਹਰ ਮਿੱਤਲ ਸਾਹਿਬ ਸਾਡੇ ਗੁਰੂ ਲੋਕ ਨੇ, ਅੱਜ ਬੇਸ਼ੱਕ ਇਸ ਦੁਨੀਆਂ ਵਿੱਚ ਨਹੀਂ ਨੇ, ਲੇਕਿਨ ਉਹਨਾਂ ਦਾ ਨਾਂ, ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆਂ ਤੱਕ ਰਹਿਣੀ ਹੈ ਪੰਜਾਬੀਆਂ ਦੇ ਦਿਲਾਂ ਵਿੱਚ। ਤੇ ਉਹਨਾਂ ਦੀ ਇੱਕ ਮੈਂ ਇੱਕ ਤੁਹਾਨੂੰ ਝਲਕ ਦੱਸ ਦੇਣਾ ਵੀ ਜਿੱਦਾਂ ਮੈਂ ਉਹਨਾਂ ਦੇ ਘਰ ਗਿਆ ਤੇ ਦੁਸ਼ਹਿਰੇ ਦੇ ਦਿਨ ਸੀਗੇ ਤੇ ਬੈਗ ਜਿਹਾ ਤਿਆਰ ਕਰ ਰਹੇ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮਿੱਤਲ ਸਾਹਿਬ ਕਿੱਥੇ ਜਾ ਰਹੇ ਹੋ? ਓਏ ਹੋਏ ਮੈਂ ਐਤਕੀ ਦੁਸ਼ਹਿਰਾ ਦੇਖਣ ਕੁੱਲੂ ਜਾ ਰਿਹਾ। ਮੈਂ ਕਿਹਾ ਮਿੱਤਲ ਸਾਹਿਬ ਕੀ ਗੱਲ, ਉੱਥੇ ਕੁੱਲੂ 'ਚ ਰਾਵਣ ਬੜੀ ਧੂਮਧਾਮ ਨਾਲ ਸਾੜਦੇ ਆ? ਓਏ ਬੇਵਕੂਫਾ, ਰਾਵਣ ਨਹੀਂ ਸਾੜਦੇ, ਆ ਰਾਵਣ ਦਾ ਪੁਤਲਾ ਸਾੜਦੇ ਆ। ਜੇ ਕਿਤੇ ਰਾਵਣ ਸਾੜਨ ਲੱਗ ਪਏ ਆ ਸਾਡੇ ਦੇਸ਼ ਦੇ ਅੱਧੇ ਤੋਂ ਵੱਧ ਲੀਡਰਾਂ ਦੇ ਪਟਾਕੇ ਪੈ ਜਾਣਗੇ। ਮੈਂ ਕਿਹਾ ਜੀ ਮਿੱਤਲ ਸਾਹਿਬ ਦਰਅਸਲ ਮੈਂ ਰਾਵਣ ਦੀ ਗੱਲ ਕਰ ਰਿਹਾ, ਰਾਵਣ ਉਹ ਰਾਵਣ ਹੈ ਜੀ ਜਿਹਦਾ ਕੁੰਭਕਰਨ ਭਰਾ ਤੇ ਮੇਘਨਾਥ ਪੁੱਤ ਸੀਗਾ। ਓਏ ਬਸ ਇੱਕ ਉਹੀ ਸੀਗਾ ਜਿਹੜਾ ਕਿਸੇ ਨੂੰ ਪੁੱਤ ਭਰਾ ਬਣਦਾ ਸੀ? ਇਹ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਰਾਵਣ ਆ, ਨਾ ਕੋਈ ਪੁੱਤ ਹੈ ਨਾ ਭਰਾ ਆ, ਬਸ ਕੁਰਸੀ ਨਾਲ ਪਿਆਰ ਹੈ। ਮੈਂ ਕਿਹਾ ਜੀ ਮਿੱਤਲ ਸਾਹਿਬ ਮੈਂ ਉਹ ਰਾਵਣ ਦੀ ਗੱਲ ਕਰ ਰਿਹਾ ਜਿਹਦੇ 10 ਮੂੰਹ ਸੀਗੇ। ਓਏ ਹੋਏ ਇੱਕ ਉਹੀ ਰਾਵਣ ਸੀਗਾ ਆ ਜਿਹਦੇ 10 ਮੂੰਹ ਸੀਗੇ, ਇਹ ਅੱਜ ਕੱਲ੍ਹ ਦਾ ਇੱਕ ਰਾਵਣ ਹੈ, ਇੱਕ ਮੂੰਹ ਆ, ਇੱਕ ਮੂੰਹ ਨਾਲ ਸਾਰਾ ਦੇਸ਼ ਖਾ ਪੀ ਕੇ ਚਟਮ ਕਰੀ ਜਾਂਦੇ, 10 ਹੁੰਦੇ ਖਾ ਪੀ ਕੇ ਇਹਨਾਂ ਨੇ ਡਕਾਰ ਵੀ ਮਾਰ ਦੇਣਾ ਸੀਗਾ। ਮੈਂ ਕਿਹਾ ਜੀ ਮਿੱਤਲ ਸਾਹਿਬ ਮੈਂ ਉਹ ਰਾਵਣ ਦੀ ਗੱਲ ਕਰ ਰਿਹਾ ਜਿਹਨਾਂ ਨੇ ਮਾਤਾ ਸੀਤਾ ਦਾ ਹਰਨ ਕੀਤਾ ਤੇ ਜਾ ਕੇ ਉਹਨੂੰ ਅਸ਼ੋਕ ਵਾਟਿਕਾ 'ਚ ਰੱਖਿਆ। ਓਏ ਹੋਏ ਦੇਖ ਲਾ ਕਿੰਨਾ ਕਰੈਕਟਰ ਵਾਲਾ ਬੰਦਾ ਸੀਗਾ, ਆ ਮਾਤਾ ਸੀਤਾ ਦਾ ਹਰਨ ਕੀਤਾ, ਹੱਥ ਤੱਕ ਨਹੀਂ ਲਾਇਆ, ਨਾਲ ਜਾ ਕੇ ਰੱਖਿਆ ਅਸ਼ੋਕ ਵਾਟਿਕਾ 'ਚ। ਇਹ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਰਾਵਣ ਹੈ, ਇਹ ਕੀ ਕੀਤਾ ਇਹਨਾਂ ਨੇ? ਮੈਂ ਕਹਿੰਦਾ ਦੇਖੋ ਆ ਕਟੂਏ ਕੁੜੀ ਨਾਲ ਨਿੱਕੀ ਜੀ ਨਾਲ ਕੀ ਕੀਤਾ, ਆ ਦਿੱਲੀ ਸਾਡੀਆਂ ਧੀਆਂ ਭੈਣਾਂ ਨੇ ਕੀ ਕਰਦੇ? ਮੈਨੂੰ ਤਾਂ ਗੱਲ ਕਰਦੇ ਵੀ ਸ਼ਰਮ ਆਉਂਦੀ ਆ। ਉਹ ਦੁਸ਼ਹਿਰਾ ਮਨਾਲੇ ਆ, ਉਹ ਮੈਂ ਕਿਹਾ ਰਾਵਣ ਸਾੜਦੇ ਆ, ਪਹਿਲੋਂ ਆਪਣੇ ਅੰਦਰ ਦਾ ਰਾਵਣ ਸਾੜੋ, ਪਹਿਲੋਂ ਆਪਣੇ ਅੰਦਰ ਦਾ ਰਾਵਣ ਸਾੜੋ। ਦਿਲ ਵਿੱਚ ਤਾਰ ਇਸ਼ਕ ਦੀ ਵੱਜਦੀ ਵੱਜਦੀ, ਦਿਲ ਵਿੱਚ ਤਾਰ ਇਸ਼ਕ ਦੀ ਵੱਜਦੀ, ਕਿਤੇ ਨਾਲੇ ਵੱਜਦੀ ਖੰਜਰੀ ਏ, ਭੁੱਲੇ ਨੱਚ ਕੇ ਯਾਰ ਮਨਾ ਲੈਣ, ਤੇ ਭਾਵੇਂ ਲੋਕ ਕਹਿਣ ਭੈੜੀ ਕੰਜਰੀ। ਹੱਟ ਹੱਟ ਮੁੱਲਾਂ ਮੈਨੂੰ ਰੋਕ ਨਹੀਂ, ਮੈਨੂੰ ਮੱਥੇ ਤਿਲਕ ਲਗਾਉਣ ਦੇ, ਮੱਥੇ ਤਿਲਕ ਲਗਾ ਕੇ ਮੈਨੂੰ ਤੇ ਘਰ ਕੰਜਰਾਂ ਦੇ ਜਾਣ ਦੇ। ਕੰਜਰੀ ਬਣਿਆ ਮੇਰੀ ਇੱਜ਼ਤ ਨਾ ਖੱਪਦੀ, ਤੇ ਮੈਨੂੰ ਨੱਚ ਕੇ ਯਾਰ ਮਨਾ। ਨੱਚਣਾ ਪੈਂਦਾ ਏ, ਸਾਹਮਣੇ ਹੋ ਗਿਆ ਨੱਚ।
Subscribe to the channel and press the bell icon for latest video updates.